ਮੈਮ, ਕਿਵੇਂ ਦੇਖਦੇ ਹੋ ਅੱਜ ਸਰਕਾਰੀ ਨੌਕਰੀ ਦਿੱਤੀ ਜਾ ਰਹੀ ਆ ਜਿਹੜੇ ਸ਼ਹੀਦ ਹੋਏ ਸੀ ਦਿੱਲੀ ਦੇ ਵਿੱਚ ਕਿਸਾਨ, ਉਹਨਾਂ ਦੇ ਵਾਰਿਸਾਂ ਨੂੰ? ਕਿੰਨੇ ਲੋਕ ਨੇ ਜਿਹੜੇ ਅੱਜ ਤੁਹਾਡੇ ਤੋਂ ਸਰਕਾਰੀ ਨੌਕਰੀ ਦਾ ਜਿਹੜਾ ਨਿਯੁਕਤੀ ਪੱਤਰ ਉਹ ਲੈ ਰਹੇ ਨੇ? ਅੱਜ ਜਿਹੜੇ ਖੇਤੀ ਦੇ ਜਿਹੜੇ ਕਿਸਾਨੀ ਦੇ ਜਿਹੜੇ ਕਾਲੇ ਕਾਨੂੰਨ ਭਾਜਪਾ ਦੀ ਕੇਂਦਰ ਸਰਕਾਰ ਜਦੋਂ ਲੈ ਕੇ ਆਈ ਸੀਗੀ, ਸੋ ਉਹਦੇ ਲਈ ਪੂਰੇ ਦੇਸ਼ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਵੀ ਜਿਹੜਾ ਵੱਧ ਚੜ੍ਹ ਕੇ ਜਿਹੜਾ ਹਿੱਸਾ ਲਿਆ ਸੀਗਾ, ਔਰ ਉਹਨਾਂ ਨੂੰ ਜਿਹੜੇ ਕਾਨੂੰਨ ਨੇ ਜਿਹੜੇ ਵਾਪਸ ਕਰਵਾਏ ਸੀਗੇ, ਸੋ ਉਹਦੇ ਵਿੱਚ ਜਿਹੜੇ ਸਾਡੇ ਸੈਂਕੜੇ ਕਿਸਾਨ ਸੀਗੇ ਜਿਹੜੇ ਉਹ ਸ਼ਹੀਦ ਜਿਹੜੀਆਂ ਸ਼ਹਾਦਤਾਂ ਪਾ ਗਏ ਸੀ, ਸ਼ਹੀਦ ਹੋਏ ਸੀਗੇ, ਸੋ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜ੍ਹਦੇ ਹੋਏ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅੱਜ ਮੇਰੇ ਹਲਕੇ ਦੇ ਜਿਹੜੇ 7 ਜਿਹੜੇ ਪਿੰਡਾਂ ਦੇ ਕਿਸਾਨਾਂ ਦੇ ਜਿਹੜੇ ਉਹ ਉਸ ਟਾਈਮ ਜਿਨ੍ਹਾਂ ਦੀ ਡੈੱਥ ਹੋਈ ਸੀਗੀ ਸ਼ਹੀਦ ਹੋਏ ਸੀਗੇ, ਸੋ ਉਹਨਾਂ ਦੇ ਵਾਰਸਾਂ ਨੂੰ ਜਿਹੜੀ ਅੱਜ ਉਹ ਨੌਕਰੀ ਹੈ ਜਿਹੜੀ ਅੱਜ ਦਿੱਤੀ ਗਈ ਹੈ, ਸੋ ਉਹਨਾਂ ਨੂੰ ਵੱਖ ਵੱਖ ਵਿਭਾਗਾਂ ਦੇ ਵਿੱਚ ਦਰਜਾ 4 ਦੀ, ਚਾਹੇ ਸੇਵਾਦਾਰ ਆ ਚਾਹੇ ਬੇਲਦਾਰ ਆ, ਉਹਨਾਂ ਦੀਆਂ ਜਿਹੜੀਆਂ ਨੌਕਰੀਆਂ ਦੇ ਲਈ ਅੱਜ ਉਹਨਾਂ ਨੂੰ ਜੁਆਇਨਿੰਗ ਲੈਟਰ ਨੇ ਜਿਹੜੇ ਦਿੱਤੇ ਗਏ ਪੜ੍ਹਾਈ ਦੇ ਹਿਸਾਬ ਨਾਲ। ਬਿਲਕੁਲ, ਪਹਿਲਾਂ ਵੀ ਜਿਹੜੇ ਕੁਝ ਕਿਸਾਨ ਸੀ ਉਹਨਾਂ ਨੂੰ ਵੀ ਪਹਿਲਾਂ ਨੌਕਰੀ ਮਿਲੀ ਸੀ, ਤਾਂ ਹੁਣ ਫਿਰ ਜਾ ਕੇ ਜਿਹੜੇ ਕੁਝ ਹੈਗੇ ਨੇ, ਦੱਸ ਸਕਦੇ ਵੀ ਕਿਹੜੇ ਕਿਹੜੇ ਇਲਾਕੇ ਦੇ ਲੋਕ ਨੇ ਕੁਝ? ਹਾਂ, ਇਹ ਕਿਉਂਕਿ ਕੁਛ ਕੁ ਕੇਸਾਂ ਦੇ ਵਿੱਚ ਜਿਹੜੀ ਦਿੱਕਤ ਆ ਜਾਂਦੀ ਆ, ਕੋਈ ਜਿਹੜੀ ਇਨਕੁਆਇਰੀ ਦੇ ਵਿੱਚ ਜਿਹੜਾ, ਜਿਵੇਂ ਅੱਜ ਵੀ 8 ਨੂੰ ਦੇਣੇ ਸੀਗੇ ਜਿਹੜੇ ਚੰਗਾਲ ਪਿੰਡ ਦੇ ਸੀਗੇ, ਉਹਨਾਂ ਦੇ ਵਾਰਸ ਸੀਗੇ, ਉਹਨਾਂ ਦੀ ਵੀ ਤਕਰੀਬਨ 1 ਸਾਲ ਪਹਿਲਾਂ ਜਿਹੜੀ ਡੈੱਥ ਹੋ ਗਈ, ਸੋ ਉਹਨਾਂ ਦਾ ਦੁਬਾਰਾ ਕੇਸ ਜਿਹੜਾ ਬਣਾ ਕੇ ਜਿਹੜਾ ਭੇਜ ਰਹੇ ਹਾਂ। ਔਰ ਜਿਹੜੇ ਅੱਜ ਮੈਂ ਗੱਲ ਕਰਾਂ, ਅੱਜ ਪਿੰਡਰਾਂ ਅਤੇ ਅੱਜ ਬੰਗਾਂ ਵਾਲੀ ਤੋਂ ਮੇਰੇ ਹਲਕੇ ਤੋਂ ਮਾਝਾ, ਬਾਸੀ ਅਰਖ, ਫਤਿਹਗੜ੍ਹ ਭਾਦਸੋਂ, ਮੁਨਸ਼ੀ ਵਾਲਾ, ਕਾਲਾ ਝਾੜ, ਸੋ ਇਹ ਸਾਰੇ ਜਿਹੜੇ ਪਿੰਡਾਂ ਦੇ ਜਿਹੜੇ ਉਹ ਪਰਿਵਾਰ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਿਹੜੀ ਨੌਕਰੀ ਦਿੱਤੀ ਹੈ। ਕਿਵੇਂ ਦੇਖਦੇ ਹੋ ਜਿਵੇਂ ਪਰਿਵਾਰ ਦੇ ਵਿੱਚੋਂ ਇੱਕ ਕਿਸਾਨ ਸ਼ਹੀਦ ਹੋਇਆ ਜਿਹੜਾ ਕੰਮ ਕਰਨ ਵਾਲਾ ਮੋਢੀ ਸੀ, ਤਾਂ ਹੁਣ ਨੌਕਰੀ ਦੇ ਨਾਲ ਦੁਬਾਰਾ ਪਰਿਵਾਰ ਲੀਡ ਦੇ ਉੱਪਰ ਚੜ੍ਹ ਜਾਊਗਾ? ਬਿਲਕੁਲ, ਬਹੁਤ ਵੱਡੀ ਉਹਨਾਂ ਨੇ ਸ਼ਹਾਦਤ ਦਿੱਤੀ ਉਸ ਟਾਈਮ, ਆਪਣੀ ਕਿਸਾਨੀ ਨੂੰ ਬਚਾਉਣ ਦੇ ਲਈ, ਆਪਣੇ ਲੋਕਾਂ ਨੂੰ ਜਿਹੜਾ ਉਹਨਾਂ ਦਾ ਕਿੱਤਾ, ਉਹਨਾਂ ਦਾ ਰੁਜ਼ਗਾਰ ਬਚਾਉਣ ਦੇ ਲਈ, ਅਤੇ ਇਹ ਤਾਂ ਇੱਕ ਛੋਟੀ ਜਿਹੀ ਜਿਹੜੀ ਕੋਸ਼ਿਸ਼ ਹੈ ਜਿਹੜੀ ਉਹਨਾਂ ਦੇ ਲਈ ਕੀਤੀ ਗਈ ਆ, ਤਾਂ ਜੋ ਆਪਣੀ ਰੋਜ਼ੀ ਰੋਟੀ, ਆਪਣਾ ਜਿਹੜਾ ਗੁਜ਼ਾਰਾ ਆਪਣੇ ਘਰ ਦੇ ਮੁਖੀ ਦੇ ਜਾਣ ਤੋਂ ਬਾਅਦ ਜਿਹੜਾ ਕਰ ਸਕਣ। ਅਤੇ ਮੈਂ ਹਮੇਸ਼ਾ ਆਪਣੇ ਲੋਕਾਂ ਦੇ ਨਾਲ ਖੜੀ ਹਾਂ, ਅਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੀ ਹਾਂ ਕਿ ਇਸ ਤੋਂ ਬਿਨਾਂ ਵੀ ਇਹਨਾਂ ਪਰਿਵਾਰਾਂ ਦੇ ਨਾਲ ਮੈਂ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਖੜੂੰਗੇ। ਤਾਂ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਜੀ, ਕੀ ਨਾਮ ਆ ਤੁਹਾਡਾ? ਰਿੰਕਪਾਲ ਸਿੰਘ ਆ ਜੀ ਮੇਰਾ। ਕਿੱਥੋਂ, ਕਿਹੜਾ ਪਿੰਡ ਆ ਤੁਹਾਡਾ? ਪਿੰਡ ਵਾਸੀ ਅਰਕਾ ਜੀ ਮੇਰਾ। ਕਿਵੇਂ ਦੇਖਦੇ ਹੋ 2021-22 ਦੇ ਵਿੱਚ ਜਿਹੜਾ ਉੱਥੇ ਜਾ ਕੇ ਕਿਸਾਨੀ ਅੰਦੋਲਨ ਸੀ, ਤਾਂ ਉੱਥੇ ਕੌਣ ਸੀ ਤੁਹਾਡੇ ਪਰਿਵਾਰ ਦੇ ਮੈਂਬਰ? ਮੇਰੇ ਡੈਡੀ ਦੀ ਡੈਥ ਹੋ ਗਈ ਸੀ ਜੀ ਉੱਥੇ। ਉੱਥੇ? ਹਾਂਜੀ ਸਰ। ਧਰਨੇ ਦੇ ਵਿੱਚ? ਹਾਂਜੀ ਹਾਂਜੀ। ਤਾਂ ਮੁਆਵਜ਼ੇ ਵੀ ਮਿਲਦੇ ਰਹੇ ਨੇ, ਤਾਂ ਹੁਣ ਨੌਕਰੀ ਮਿਲੀ ਆ, ਉਹਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ ਜੀ, ਬੀਬਾ ਨਰਿੰਦਰ ਕੌਰ ਭਰਾ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਨੌਕਰੀਆਂ ਦਿੱਤੀਆਂ ਜੀ। ਠੀਕ ਹੈ, ਹਾਂਜੀ ਸਰ। ਲੱਗਦਾ ਵੀ ਹਾਂ ਹੁਣ ਜਦੋਂ ਨੌਕਰੀ ਹਰ ਮਹੀਨੇ ਖਾਤੇ 'ਚ ਤਨਖਾਹ ਪੈਣੀ ਆ, ਤਾਂ ਦੁਬਾਰਾ ਜਿਹੜਾ ਹੈਗਾ ਗੱਡੀ ਲੀਹ 'ਤੇ ਚੜ੍ਹ ਜਾਂਦੀ ਆ, ਪਰਿਵਾਰ ਨੂੰ ਆਸਰਾ ਮਿਲ। ਬਿਲਕੁਲ ਸਰ, ਬਹੁਤ ਵਿੱਤੀ ਸਹਾਇਤਾ ਹੋਊ ਜੀ ਇਹਦੇ ਨਾਲ ਪਰਿਵਾਰ ਦੀ। ਕਿੱਥੇ ਦਾ ਨਿਯੁਕਤੀ ਪੱਤਰ ਮਿਲਿਆ ਤੁਹਾਨੂੰ? ਨਹੀਂ ਸਰ, ਇਹਦੇ ਬਾਰੇ ਹਜੇ ਪਤਾ ਲੱਗੂ ਖੇਤੀਬਾੜੀ ਮਹਿਕਮੇ ਵਿੱਚ। ਹਜੇ ਮਤਲਬ ਹੋਣਾ ਤੁਹਾਨੂੰ ਹਜੇ ਫਾਈਨਲ ਹੋ ਗਿਆ ਵੀ ਨੌਕਰੀ ਤੁਹਾਡੇ ਦੇਤੀ, ਜਿੱਥੇ ਭੇਜਣਾ ਉਹ ਤੁਹਾਨੂੰ ਹਜੇ ਪਤਾ ਲੱਗੂ? ਹਾਂਜੀ ਹਾਂਜੀ ਸਰ, ਉਹ ਖੇਤੀਬਾੜੀ ਮਹਿਕਮੇ ਵਿੱਚ। ਤੁਹਾਡਾ ਕੀ ਨਾਮ ਆ ਵੀਰੇ? ਵੀਰੇ ਲਾਡੀ ਸਿੰਘ। ਲਾਡੀ ਜੀ, ਕਿਵੇਂ ਦੇਖਦੇ ਹੋ ਅੱਜ ਨੌਕਰੀ ਦਾ ਤੁਹਾਨੂੰ ਹੱਥ ਦੇ ਵਿੱਚ ਪੱਤਰ ਫੜਾਇਆ ਗਿਆ ਸਰਕਾਰੀ ਦਾ? ਹਾਂ ਜੀ, ਬਹੁਤ ਵਧੀਆ ਹੈ, ਨਰਿੰਦਰ ਕੌਰ ਦਾ ਬਹੁਤ ਧੰਨਵਾਦ। ਕਿਵੇਂ, ਜਿਵੇਂ ਹੁਣ ਇੰਨੇ ਟਾਈਮ ਬਾਅਦ ਜਾ ਕੇ 2-2.5 ਸਾਲ ਬਾਅਦ ਤੁਹਾਨੂੰ ਨੌਕਰੀ ਦੀ ਸੰਤੁਸ਼ਟੀ ਮਿਲੀ ਆ, ਤਾਂ ਹੁਣ ਲੱਗਦਾ ਵੀ ਪਰਿਵਾਰ ਵਧੀਆ ਚੱਲ ਜੂਗਾ? ਵਧੀਆ ਚੱਲ ਜੂਗਾ ਜੀ, ਪਰਿਵਾਰ ਸੌਖ ਹੋ ਜੂਗੀ। ਹਾਂ ਜੀ। ਮਹਿਕਮਾ ਕਿਹੜਾ ਲੱਗਿਆ ਪਤਾ ਹੁਣ ਤੱਕ? ਚੌਂਕੀਦਾਰਾ ਮਿਲਿਆ ਜੀ। ਚੌਂਕੀਦਾਰਾ ਮਿਲਿਆ? ਹਾਂ ਜੀ। ਚਲੋ, ਕੁਝ ਵੀ ਆ, ਤੁਹਾਡੀ ਪੜ੍ਹਾਈ ਲਿਖਾਈ ਕਿੰਨੀ ਆ? 5 ਪੜ੍ਹਾਈ ਹੋਈ ਜੀ। ਕੀ ਉਹਨਾਂ ਤੋਂ ਤੁਹਾਡੇ ਪਤੀ ਤੋਂ ਬਾਅਦ ਘਰ 'ਚ ਕੋਈ ਕਮਾਉਣ ਵਾਲਾ ਹੋਰ ਜੀ ਹੈ ਨਹੀਂ ਜੀ? ਅੱਛਾ, ਕਿੰਨੇ ਬੱਚੇ ਨੇ ਤੁਹਾਡੇ? ਕਿੰਨੇ ਕਿੰਨੇ ਕੁ ਉਮਰ ਦੇ ਨੇ, ਕੀ ਕਰਦੇ ਨੇ? 4 ਬੱਚੇ। ਅੱਛਾ ਜੀ। ਅੱਛਾ ਜੀ, ਸਾਰੇ ਛੋਟੇ ਨੇ ਹਾਲੇ? ਕਿਹੜੇ ਡਿਪਾਰਟਮੈਂਟ ਤੁਹਾਨੂੰ ਨੌਕਰੀ ਮਿਲੀ ਹੈ, ਕਿਹੜੇ ਵਿਭਾਗ 'ਚ ਤੁਹਾਨੂੰ ਲਾਇਆ ਗਿਆ? ਅੱਛਾ ਜੀ।
ਕੀ ਕਹਿਣਾ ਚਾਹੁੰਦੇ ਹੋ ਮੁੱਖ ਮੰਤਰੀ ਦਾ? ਕੀ ਉਮੀਦ ਸੀਗੀ ਤੁਹਾਨੂੰ ਕਿ ਵੀ ਇੱਦਾਂ ਦਾ ਕੁਛ ਹੋ ਜਾਊਗਾ, ਕਿਉਂਕਿ ਪਹਿਲਾਂ ਵੀ ਸਰਕਾਰਾਂ ਵਾਅਦੇ ਕਰਦੀਆਂ ਸੀਗੀਆਂ, ਪੁਰਾਣੀਆਂ ਸਰਕਾਰਾਂ ਸੀਗੀਆਂ, ਪਰ ਉਹ ਤਾਂ ਪੂਰੀ ਸੀ ਚੜ੍ਹਦਾ ਤੁਹਾਨੂੰ ਦੱਸ ਦਿੰਦੇ। ਹਾਂਜੀ, ਇਹ